ਜਿਹੜੀ ਨੱਚਦੀ ਗਿੱਧੇ ਚ ਬੜੀ ਜੱਚਦੀ ਗਿੱਧੇ ਚ, ਜਿਹੜੀ ਨੱਚਦੀ ਗਿੱਧੇ ਚ ਬੜੀ ਜੱਚਦੀ ਗਿੱਧੇ ਚ, ਦਿਲ ਉਹਦੇ ਉੱਤੇ ਆਇਆ ਜਰਾ ਉਸ ਨੂੰ ਬੁਲਾਓ, ਏ ਮੈਂ ਹੋ ਗਿਆ ਸ਼ਰਾਬੀ, ਹੋ ਗਿਆ ਸ਼ਰਾਬੀ ਮੈਨੂੰ ਹੋਰ। ਇਹ ਡੰਮੀ ਬਣਾ ਕੇ ਲੈ ਗਏ ਆ, ਔਰ ਅਸੀਂ ਚੇਤਾ ਭੁਲਾ ਦਿੱਤਾ ਆ ਕਿ ਚਲੋ ਯਾਰ ਏਦਾਂ ਤਾਂ ਬਹੁਤ ਡੰਮੀ ਗਾਣਾ ਸੁਪਰਹਿੱਟ ਹੋ ਗਿਆ। ਤੇ ਭਾਜੀ ਮੈਂ ਹੁਣ ਕਹਿ ਨਹੀਂ ਸਕਦਾ, ਸੱਚੇ ਪਾਤਸ਼ਾਹ ਨੇ, ਅਕਾਲ ਪੁਰਖ ਨੇ ਉਸ ਗਾਣੇ ਨੂੰ ਇੰਨਾ ਹਿੱਟ ਕੀਤਾ ਕਿ ਉਹ ਬਾਲੀਵੁੱਡ ਤੱਕ ਗਾਣਾ ਗਿਆ। ਨਹੀਂ ਏਦਾਂ ਦਾ ਤੇ ਚਲੋ ਨਹੀਂ ਹੋਇਆ, ਕਿਉਂਕਿ ਆਪਾਂ ਇੰਨੇ ਵੀ ਸ਼ਰੀਫ ਨੀ ਗੇ ਵੀ ਕੋਈ ਆਪਣੇ ਗਾਣਾ ਦੇ ਵਿੱਚ ਨਾ ਪਾ ਜਾਵੇ। ਠੀਕ ਹੈ ਨਾ, ਇੰਡਸਟਰੀ ਚ ਪੁਰਾਣੇ ਘੁਸੇ ਹੋਏ ਬੰਦੇ ਕਿਹਾ ਜੀ ਆਪਾਂ ਬਹੁਤ ਸੁਣਿਆ ਲੋਕਾਂ ਨੇ, ਤੇ ਗਿੱਦੜ ਪਿੰਡੀ ਦਾ ਵੀ ਦੱਸ ਦਿਓ। ਹਾਂਜੀ ਬਾਜੀ, ਗਿੱਦੜ ਪਿੰਡੀ ਦਰਅਸਲ ਸਾਡਾ ਦਰਿਆਈ ਏਰੀਆ ਜੀ, ਦੇਖੋ ਤੇ ਅਸੀਂ ਜਲੰਧਰ ਦਾ ਲਾਸਟ ਪਿੰਡ, ਮੇਰਾ ਜਿਹੜਾ ਨਾ ਡਿਸਟ੍ਰਿਕਟ ਜਲੰਧਰ ਦਾ ਲਾਸਟ ਪਿੰਡ ਪਿੰਡ ਗਿੱਦੜ ਪਿੰਡੀ। ਹਾਂਜੀ ਦੋਸਤੋ, ਮੈਂ ਤੁਹਾਡਾ ਆਪਣਾ ਅਮਰਦੀਪ ਸਿੰਘ ਪੁਰੀਆ, ਮੈਂ ਹੋ ਗਿਆ ਸ਼ਰਾਬੀ ਮੈਨੂੰ ਹੋਰ ਨਾ ਪਿਲਾਓ। ਇਹ ਗੀਤ ਅੱਜ ਤੋਂ 2 ਦਹਾਕੇ ਪਹਿਲਾਂ ਤੁਸੀਂ ਸੁਣਿਆ ਹੋਵੇਗਾ, ਜੋ ਜਿਸ ਨੂੰ ਲਿਖਿਆ ਸੀ ਬਿੰਦਰ ਦਿਲਵਰ ਜੀ ਨੇ। ਇਸ ਵੇਲੇ ਆਪਾਂ ਬੈਠੇ ਹਾਂ ਪਹਿਲਵਾਨਾਂ ਦੇ ਡੇਰੇ 'ਤੇ ਗਿੱਦੜ ਪਿੰਡੀ ਸੰਗਮ ਸਟੂਡੀਓ 'ਚ, ਅਤੇ ਮੇਰੇ ਨਾਲ ਨੇ ਬਿੰਦਰ ਦਿਲਵਰ ਜੀ, ਜੋ ਕਿ ਬਹੁਤ ਅੱਛੇ ਰਾਈਟਰ ਵੀ ਆ ਅਤੇ ਐਜ਼ ਏ ਸਿੰਗਰ ਵੀ ਆਉਣ ਵਾਲੇ ਦਿਨਾਂ 'ਚ ਤੁਸੀਂ ਇਹਨਾਂ ਨੂੰ ਦੇਖੋਗੇ। ਅਤੇ ਇਹਨਾਂ ਦੇ ਜੀਵਨ ਬਾਰੇ, ਕਿਵੇਂ ਕਿਵੇਂ ਇਹਨਾਂ ਨੇ ਗੀਤਕਾਰੀ ਚਾਹੇ ਕੀ ਆ ਇਹਨਾਂ ਦੇ ਆਪਣੇ ਜੀਵਨ ਬਾਰੇ ਆਪਾਂ ਗੱਲਬਾਤ ਕਰਾਂਗੇ। ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸੋ ਮਚ ਸਰ। ਪਹਿਲਾਂ ਆਪਣੇ ਤੁਹਾਡੇ ਗੀਤ ਤੋਂ ਸ਼ੁਰੂ ਕਰਦੇ ਹਾਂ। ਹਾਂਜੀ ਹਾਂਜੀ, ਮੈਂ ਹੋ ਗਿਆ ਸ਼ਰਾਬੀ ਮੈਨੂੰ ਹੋਰ ਨਾ ਪਿਲਾਓ। ਠੀਕ ਹੈ ਜੀ, ਇਹ ਗੀਤ ਕਦੋਂ ਹਿੱਟ ਹੋਇਆ ਸੀ, ਤੁਹਾਡਾ ਕਿਹੜੇ ਸੰਨ ਦੇ ਵਿੱਚ, 2 ਦਹਾਕੇ ਪਹਿਲਾਂ, ਅਤੇ ਕਿਸ ਸਿੰਗਰ ਨੇ ਗਾਇਆ ਸੀ ਅਤੇ ਕਿਵੇਂ ਸਵੱਬ ਬਣਿਆ ਸੀ? ਹਾਂਜੀ, ਮੈਂ ਤੁਹਾਨੂੰ ਇਸ ਗਾਣੇ ਬਾਰੇ ਦੱਸਦਾ ਹਾਂ ਕਿ ਸਭ ਤੋਂ ਪਹਿਲਾਂ ਤਾਂ ਵੱਡੀ ਮੇਰੀ ਬਦਕਿਸਮਤੀ ਇਹ ਆ ਕਿ ਜਿਹੜਾ ਮੇਰਾ ਗਾਣਾ ਮੈਂ ਹੋ ਗਿਆ ਸ਼ਰਾਬੀ ਮੈਨੂੰ ਹੋਰ ਨਾ ਪਿਲਾਓ, ਕਿ 2004 ਦੇ ਵਿੱਚ ਇਸ ਗਾਣੇ ਨੂੰ MC ਪੰਜਾਬੀ ਨੇ ਇੰਗਲੈਂਡ ਤੋਂ ਰਿਲੀਜ਼ ਕੀਤਾ ਸੀਗਾ, ਸਪੀਡ ਰੈਕਰਡਸ ਵਾਲਿਆਂ ਨੇ ਵੀ, ਦਿਨੇਸ਼ ਜੀ ਨੇ। ਔਰ ਇਹਦੇ ਵਿੱਚ ਸਾਡੇ ਨਾਲ, ਮੇਰੇ ਨਾਲ ਔਰ ਮੇਰੇ ਸਿੰਗਰ ਨਾਲ, ਸਿੰਗਰ ਮੇਰਾ ਦੋਸਤ ਹੈ, ਮੇਰਾ ਭਰਾ ਆ ਅਸ਼ੋਕ ਗਿੱਲ, ਉਹਨਾਂ ਨੇ ਗਾਇਆ ਸੀਗਾ, ਔਰ ਇਹ ਮੈਂ ਗਾਣੇ ਨੂੰ ਕੰਪੋਜ਼ ਕੀਤਾ ਔਰ ਲਿਖਿਆ ਮੇਰਾ ਗਾਣਾ ਆ, ਅਤੇ ਮਿਊਜ਼ਿਕ ਕੀਤਾ MC ਪੰਜਾਬੀ ਨੇ, ਔਰ ਜੋ ਗਾਣੇ ਨੂੰ ਪਹਿਲਾਂ ਹੋਂਦ 'ਚ ਲਿਆਂਦਾ ਆ ਉਹ ਸਾਡੇ ਗੁਰੂ ਜੀ ਕੁਲਜੀਤ ਸਿੰਘ ਜੀ, ਮਿਊਜ਼ਿਕ ਡਾਇਰੈਕਟਰ, ਹਾਂਜੀ ਉਹਨਾਂ ਨੇ ਲਿਆਂਦਾ, ਕਿਉਂਕਿ ਉਹਨੂੰ ਸਾਰਾ ਜਿਹੜਾ ਸਾਂਚਾ ਬਣਾਇਆ ਉਹ ਉਹਨਾਂ ਨੇ ਬਣਾਇਆ ਸੀਗਾ ਜੀ। ਅਤੇ ਇਸ ਗਾਣੇ ਦਾ ਇਸ ਤਰ੍ਹਾਂ ਵੀ ਸਿੰਗਰ ਨੂੰ ਵੀ ਅਲੋਪ ਰੱਖਿਆ ਆ ਕੰਪਨੀ ਨੇ ਔਰ ਰਾਈਟਰ ਨੂੰ ਵੀ, ਔਰ ਜੋ ਵੀ ਕ੍ਰੈਡਿਟ ਹੈਗਾ ਆ ਉਹ ਸਾਰਾ ਕੰਪਨੀ ਨੂੰ ਗਿਆ, ਨਾ ਸਿੰਗਰ ਨੂੰ ਕੋਈ ਇਹਦਾ ਕ੍ਰੈਡਿਟ ਮਿਲਿਆ ਆ ਔਰ ਨਾ ਰਾਈਟਰ। ਠੀਕ ਹੈ, ਹਾਂਜੀ। ਅਤੇ ਇਹ ਸਵੱਬ ਕਿਵੇਂ ਬਣਿਆ ਸੀ ਗਾਣੇ ਦਾ ਬਣਨ ਦਾ ਉਸ ਵੇਲੇ? ਸਵੱਬ ਦਰਅਸਲ ਸਰ ਜੀ ਇਸ ਤਰ੍ਹਾਂ ਹੋਇਆ ਸੀਗਾ ਕਿ MC ਪੰਜਾਬੀ ਜਿਹੜਾ ਮੁੰਡਾ ਨਾ ਉਹ ਇੱਥੋਂ ਵੋਕਲਸ ਕਰਕੇ ਲੈ ਕੇ ਜਾਂਦਾ ਹੁੰਦਾ ਸੀ ਇੰਗਲੈਂਡ। ਠੀਕ ਹੈ ਜੀ, ਅਤੇ ਇੱਕ ਦਿਨ ਇੱਦਾਂ ਹੋਈ ਵੀ ਇਹ ਸਾਡੇ ਕੁਲਜੀਤ ਸਿੰਘ ਜੀ ਦੇ ਮਿਊਜ਼ਿਕ ਡਾਇਰੈਕਟਰ ਜਿਹੜੇ ਹੈਗੇ ਆ ਭਾਜੀ ਹੁਣੀ ਵੱਡੇ ਸਾਡੇ ਭਾਜੀ ਆ, ਉਹਨਾਂ ਦੇ ਸਟੂਡੀਓ MB ਸਟੂਡੀਓ ਜਲੰਧਰ ਦੇ ਵਿੱਚ ਹੈਗਾ ਸੀਗਾ, ਅਤੇ ਉੱਥੇ ਆਇਆ ਅਤੇ ਉੱਥੇ ਵੋਕਲਸ ਵਗੈਰਾ ਲੈ ਕੇ ਜਾਣੀਆਂ ਸੀਗੀਆਂ ਇਹਨਾਂ ਨੇ, ਨਵੇਂ ਸਿੰਗਰ ਜਿੱਦਾਂ ਹੈਗੇ ਆ ਔਰ ਜਿਨ੍ਹਾਂ ਦੇ ਵਿੱਚ ਪੁਰਾਣੇ ਸਿੰਗਰ ਵੀ ਹੈਗੇ ਸੀਗੇ। ਅਤੇ ਉੱਥੇ ਜਦੋਂ ਇਹ ਡਿਸਾਈਡ ਕਰ ਰਹੇ ਸੀ ਕਿ ਕਿਹੜੀ ਵੋਕਲ ਕਿੱਦਾਂ ਕਿੱਦਾਂ, ਉਹ ਸਿੰਗਰ ਜਾਂ ਹੋਰ ਹੋਰ ਸੁਣਾਓ, ਹੋਰ ਹੋਰ ਸੁਣਾਓ, ਹੋਰ ਹੋਰ ਸੁਣਾਓ, ਅਤੇ ਭਾਅ ਜੀ ਉਹਦੇ ਵਿੱਚ ਕਾਫੀ ਏ ਕਲਾਸ ਸਿੰਗਰ ਜਿਹੜੇ ਸੀਗੇ ਉਹਨਾਂ ਦੀਆਂ ਵੋਕਲਸ ਲਈਆਂ ਉਹਨਾਂ ਨੇ, ਸੋਰੀ ਮਾਫ ਕਰਨਾ। ਅਤੇ ਤੋਂ ਇੱਦਾਂ ਹੀ ਬੈਠੇ ਬੈਠੇ ਜਿਹੜਾ ਅਸ਼ੋਕ ਗਿੱਲ ਹੈ ਉਹ ਸਾਡੇ
ਕੁਲਜੀਤ ਸਿੰਘ ਜੀ ਜਿਹੜੇ ਹੈਗੇ ਆ ਉਹਨਾਂ ਦਾ ਚੇਲਾ ਹੈ ਜੀ, ਠੀਕ ਹੈ, ਉੱਥੋਂ ਸਿੱਖ ਰਿਹਾ ਸੀਗਾ, ਅਸੀਂ ਸਾਰੇ ਸਿੱਖ ਰਹੇ ਉਹਨਾਂ ਕੋਲੋਂ, ਠੀਕ ਹੈ ਜੀ, ਅਸੀਂ ਬੱਚੇ ਉਹਨਾਂ ਦੇ ਸਮਝੋ, ਅਤੇ ਉੱਥੇ ਫਿਰ ਜਦੋਂ ਬੈਠੇ ਸੀਗੇ ਅਤੇ ਉਹ ਸਾਰੇ ਸਿੰਗਰਾਂ ਨੂੰ ਉਹਨਾਂ ਨੇ ਵੋਕਲਸ ਦੇਖੀਆਂ ਔਰ ਐਮ ਸੀ ਨੇ ਇਹ ਗੱਲ ਕਹੀ ਕਿ ਯਾਰ ਕੋਈ ਨਵੀਂ ਆਵਾਜ਼ ਚਾਹੀਦੀ ਹੈ, ਕੋਈ ਫਰੈਸ਼ ਆਵਾਜ਼ ਚਾਹੀਦੀ ਸਾਨੂੰ। ਅਤੇ ਭਾਅ ਜੀ ਨੇ ਕਿਹਾ ਵੀ ਹੈ ਨਾ ਮੇਰੇ ਕੋਲ ਯਾਰ ਇੱਕ ਮਤਲਬ ਕਿ ਮੁੰਡਾ ਹੈਗਾ ਆ, ਤਿਆਰ ਕਰ ਰਹੇ ਅਸੀਂ ਉਹਨੂੰ, ਅਤੇ ਤੁਸੀਂ ਦੇਖ ਲਓ ਜੇ ਤੁਹਾਨੂੰ ਸੂਟੇਬਲ ਹੈਗੀ ਆ ਆਵਾਜ਼, ਉਹ ਅੱਛੀ ਲੱਗਦੀ ਹੈ ਤਾਂ ਦੇਖ ਲਓ। ਔਰ ਅਸ਼ੋਕ ਨੇ ਉਹ ਫਸਟਲੀ ਗਾਣਾ ਹੀ ਉਹ ਸੁਣਾ ਦਿੱਤਾ, ਉਹਦਾ ਮੁਖੜਾ ਸੁਣਾ ਦਿੱਤਾ। ਤੁਹਾਡਾ ਲਿਖਿਆ ਸੀ ਤੇ ਉਹਨਾਂ ਨੇ ਸੁਣਾ? ਹਾਂਜੀ ਹਾਂਜੀ, ਅਸੀਂ ਇਕੱਠੇ, ਇੱਕ ਸਾਡੀ ਟੀਮ ਸੀਗੀ, ਹਰਜਿੰਦਰ ਭੁੱਲਰ ਮੁੰਡਾ ਮੇਰਾ ਫਰੈਂਡ ਹੈ ਚੇਲੇ ਤੋਂ, ਜਿੱਥੋਂ ਸੁਰਜੀਤ ਭੁੱਲਰ ਜੀ ਹੈਗੇ ਆ ਉੱਥੋਂ ਦਾ ਮੁੰਡਾ ਆ, ਅਸੀਂ ਸਾਰਾ ਇੱਕ ਗਰੁੱਪ ਸੀਗਾ ਕਿ ਉੱਥੇ ਰਹਿੰਦੇ ਹੁੰਦੇ ਸੀ ਭਾਅ ਜੀ ਦੇ ਕੋਲ, ਕਾਫੀ ਸਮਾਂ ਅਸੀਂ ਗੁਜ਼ਾਰਿਆ ਉੱਥੇ, 5-7 ਸਾਲ ਰਹੇ ਅਸੀਂ ਇਕੱਠੇ। ਅਤੇ ਉਹ ਜਦੋਂ ਉਹ ਗਾਣਾ ਇਹਨੇ ਅਸ਼ੋਕ ਗਿੱਲ ਨੇ ਉਹ ਗਾਣੇ ਦੇ ਹੁੱਕ ਲਾਈਨ ਸੁਣਾਈ ਆ, ਮੁਖੜਾ ਸੁਣਾ ਦਿੱਤਾ ਆ, ਅਤੇ ਉਹ ਵਾਹਿਗੁਰੂ ਦੀ ਕਿਰਪਾ, ਬਾਬੇ ਨਾਨਕ ਨੇ ਕਹਿੰਦੇ ਹੁੰਦੇ ਜਦੋਂ ਸਿੱਧੀਆਂ ਪਾਉਣੀਆਂ ਹੋਣ ਤਾਂ ਪਤਾ ਨਹੀਂ ਲੱਗਦਾ, ਅਤੇ ਉਹ ਐਮ ਸੀ ਕਹਿੰਦਾ ਕਿ ਮੈਨੂੰ ਗਾਣਾ ਹੀ ਇਹ ਕਰਕੇ ਦਿਓ। ਅਤੇ ਭਾਅ ਜੀ ਮੈਂ ਉਸ ਦਿਨ ਨਾ ਉੱਥੇ ਹੈ ਨਹੀਂ ਸੀਗਾ, ਮੈਂ ਉਹ ਐਮ ਸੀ ਦੇ ਆਉਣ ਤੋਂ ਪਹਿਲਾਂ ਮੈਂ ਆਪਣੇ ਪਿੰਡ ਆ ਰਿਹਾ ਸੀ, ਗਿੱਦੜ ਪਿੰਡੀ ਪਿੰਡ ਲੋਹੀਆਂ ਏਰੀਏ ਦੇ ਵਿੱਚ, ਸੁਲਤਾਨਪੁਰ ਲੋਹੀਆਂ ਦੇ ਨੇੜੇ ਮੇਰਾ ਪਿੰਡ ਹੈ। ਮੈਂ ਬੱਸ ਦੇ ਵਿੱਚ ਆ ਰਿਹਾ ਸੀਗਾ ਅਤੇ ਅਸ਼ੋਕ ਦਾ ਮੈਨੂੰ ਕਾਲ ਆਈ ਹੈ, ਕਹਿੰਦਾ ਭਾਅ ਜੀ ਕਿੱਥੇ ਆ ਯਾਰ? ਮੈਂ ਕਿਹਾ ਵੀ ਮੈਂ ਤਾਂ ਯਾਰ ਇੱਦਾਂ ਇੱਦਾਂ ਵੀ ਮੈਂ ਨਕੋਦਰ ਪਹੁੰਚ ਗਿਆ। ਕਹਿੰਦਾ ਯਾਰ ਐਮ ਸੀ ਭਾਅ ਜੀ ਆਏ ਆ ਅਤੇ ਗਾਣਾ ਯਾਰ ਉਹ ਚਾਹੀਦਾ ਆਪਾਂ ਨੂੰ, ਹੋ ਗਿਆ ਸ਼ਰਾਬੀ ਵਾਲਾ। ਅਤੇ ਮੈਂ ਕਿਹਾ ਕੋਈ ਗੱਲ ਨਹੀਂ, ਫਿਰ ਕੀ ਆ, ਗਾਣਾ ਚਾਹੀਦਾ। ਅਤੇ ਭਾਅ ਜੀ ਮੈਨੂੰ, ਮੈਂ ਹੁਣ ਸੱਚ ਦੱਸਾਂ ਕਿ ਮੈਨੂੰ ਆਪ ਨੂੰ ਵੀ ਯਾਦ ਨਹੀਂ ਸੀ ਉਹ ਗਾਣਾ, ਬਿਲਕੁਲ ਯਾਦ ਨਹੀਂ ਸੀਗਾ, ਕਿਉਂਕਿ ਸਾਰਾ ਉਹ ਤਾਂ ਰਜਿਸਟਰ 'ਤੇ ਸੀਗਾ, ਕਾਪੀਆਂ 'ਤੇ ਸੀਗਾ, ਮੈਨੂੰ ਗਾਣਾ ਨਹੀਂ ਸੀ ਯਾਦ। ਅਤੇ ਮੈਂ ਕਿਹਾ ਵੀ ਯਾਰ ਇਸ ਤਰ੍ਹਾਂ ਹੈਗਾ ਆ ਵੀ ਮੈਂ ਤੈਨੂੰ ਮੁਖੜਾ ਲਿਖਾ ਦਿੰਦਾ, ਮੁਖੜਾ ਕਹਿੰਦਾ ਮੈਂ ਸੁਣਾ ਦਿੱਤਾ ਆ, ਅੰਤਰਾ ਉਹਦਾ ਮੈਂ ਇਹਨੂੰ ਇੱਦਾਂ ਲੱਲਾ ਭਾਬਾ ਕਰਕੇ ਯਾਦ ਯੂਦ ਕਰਕੇ ਇਹਨੂੰ ਮੈਂ ਲਿਖਾ ਦਿੱਤਾ ਆ, ਇਹ ਡੰਮੀ ਬਣਾ ਕੇ ਲੈ ਗਏ ਆ, ਔਰ ਅਸੀਂ ਚੇਤਾ ਭੁਲਾ ਦਿੱਤਾ ਆ ਕਿ ਚਲੋ ਯਾਰ ਇੱਦਾਂ ਤਾਂ ਬਹੁਤ ਡੰਮੀਆਂ ਜਾਂਦੀਆਂ ਆ ਨਾ ਉੱਥੇ, ਤਾਂ ਏ ਕਲਾਸ ਸਿੰਗਰਾਂ ਦੀ ਵਾਰੀ ਆਉਂਦੀ ਆ ਵੀ ਸਾਨੂੰ ਕਿਹਨੇ ਪੁੱਛਣਾ ਆ ਨਾ। ਅਤੇ ਉਹ ਇੱਦਾਂ ਦਾ ਸਬੱਬ ਬਣਿਆ ਵੀ ਜਦੋਂ ਇਹਨਾਂ ਨੇ ਰਿਲੀਜ਼ ਕੀਤਾ ਉਹ ਗਾਣਾ, ਅਤੇ ਭਾਅ ਜੀ ਮੈਂ ਹੁਣ ਕਹਿ ਨਹੀਂ ਸਕਦਾ, ਸੱਚੇ ਪਾਤਸ਼ਾਹ ਨੇ, ਅਕਾਲ ਪੁਰਖ ਨੇ ਉਸ ਗਾਣੇ ਨੂੰ ਇੰਨਾ ਹਿੱਟ ਕੀਤਾ ਕਿ ਉਹ ਬਾਲੀਵੁੱਡ ਤੱਕ ਗਾਣਾ ਗਿਆ। ਹਾਂਜੀ, ਅੱਜ ਵੀ ਉਹ 2004 ਤੋਂ 24 ਆ ਗਿਆ ਆ, ਅੱਜ ਵੀ ਕੋਈ ਮੈਰਿਜ ਪਾਰਟੀ, ਕੋਈ ਵੈਡਿੰਗ ਪਾਰਟੀ ਇੱਦਾਂ ਦੀ ਨਹੀਂ ਹੈਗੀ ਹੈ ਨਾ ਕਿ ਜਿੱਥੇ ਉਹ ਬਰਥਡੇ ਪਾਰਟੀ ਨਹੀਂ ਇੱਦਾਂ ਦੀ ਜਿੱਥੇ ਉਹ ਗਾਣਾ ਨਹੀਂ ਚੱਲ ਰਿਹਾ। ਇਸ ਤੋਂ ਇਲਾਵਾ ਤੁਸੀਂ ਹੋਰ ਕਿਹੜੇ ਕਿਹੜੇ ਸਿੰਗਰਾਂ ਨੇ ਤੁਹਾਡੇ ਗੀਤ ਗਾਏ ਆ? ਹਾਂਜੀ, ਮੇਰੇ ਗਾਣੇ ਦਰਅਸਲ ਸਹੀ ਮਾਇਨੇ ਦੇ ਵਿੱਚ ਤਾਂ ਮੈਂ ਸਿੰਗਰਸ ਕੋਲੋਂ ਨਾ ਇੰਟਰਸਟਿਡ ਨਹੀਂ ਹੈਗਾ ਕਿ ਗਾਣੇ ਕਰਵਾਉਣ ਲਈ, ਕਿਉਂਕਿ ਮੈਂ ਐਜ ਏ ਸਿੰਗਰ ਮੈਂ ਖੁਦ ਆਪ ਗਾਉਣਾ ਚਾਹੁੰਦਾ ਗਾਣੇ, ਠੀਕ ਹੈ ਜੀ। ਮੇਰੀ ਸਵਾਬ ਬਣਦਾ ਰਿਹਾ ਪਹਿਲਾਂ ਗਾਣੇ ਤਾਂ ਕੁਲਜੀਤ ਸਿੰਘ ਜੀ ਨੇ, ਭਾਅ ਜੀ ਸਾਡੇ ਵੱਡੇ ਭਾਅ ਜੀ ਨੇ ਮੇਰੀ ਐਲਬਮ ਕੀਤੀ ਹੋਈ ਆ ਔਰ ਸ਼ਾਰਟਲੀ ਅਸੀਂ ਰਿਲੀਜ਼ ਕਰਾਂਗੇ ਉਹਨਾਂ ਨੇ ਗਾਣਿਆਂ ਨੂੰ। ਕਿੰਨੇ ਕੁ ਟਾਈਮ ਤੇ ਰਿਲੀਜ਼ ਹੋਊਗੀ ਦਰਸ਼ਕ ਕਦੋਂ ਤੇ ਵੇਟ ਕਰਨੇ? ਕੋਸ਼ਿਸ਼ ਕਰਾਂਗੇ ਜਲਦੀ ਕਰਨ ਦੀ, ਅਸੀਂ ਬਹੁਤ ਜਲਦੀ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਂਜੀ, ਕਿਉਂਕਿ ਤੁਹਾਨੂੰ ਪਤਾ ਭਾਅ ਜੀ ਅੱਜ ਕੱਲ੍ਹ ਇਹ ਸਿਸਟਮ ਜਿਹੜਾ ਨਾ ਮਿਊਜ਼ਿਕ ਸਿਸਟਮ ਬਹੁਤ ਕੋਸਟਲੀ ਹੋ ਗਿਆ ਹੈ ਅਤੇ ਇਹਦੇ ਆਡੀਓ ਵੀਡੀਓਸ ਬਹੁਤ ਮਹਿੰਗੇ ਬਣਦੇ ਆ ਨਾ, ਇਸ ਕਰਕੇ ਥੋੜ੍ਹਾ ਡਿਲੇ ਸੀਗਾ ਅਤੇ ਅਸੀਂ ਕਰ ਰਹੇ ਹਾਂ ਜਲਦੀ। ਅਤੇ ਉਹਦੇ ਵਿੱਚ ਤੁਹਾਡੇ ਲਿਖੇ ਗੀਤ ਹੀ ਆ ਸਾਰੇ? ਹਾਂਜੀ, ਮੇਰੇ ਆਪਣੇ ਗਾਣੇ ਲਿਖੇ, ਸਾਰੇ ਤੁਹਾਡੇ ਲਿਖੇ, ਮੇਰੇ ਆਪਣੇ ਕੰਪੋਜ਼ ਕੀਤੇ ਆ। ਹਾਂਜੀ, ਉਹਨਾਂ ਨੇ ਭਾਅ ਜੀ ਦਾ ਗਾਣਾ ਹੈ, ਮਿਊਜ਼ਿਕ ਉਹਨਾਂ ਨੇ ਕੀਤਾ ਆ। ਹਾਂਜੀ, ਬਹੁਤ ਅੱਛਾ ਮਿਊਜ਼ਿਕ ਕੀਤਾ ਹੈ। ਹਾਂਜੀ, ਕਦੀ ਇੱਦਾਂ ਨਹੀਂ ਦਿਲ ਕਰਦਾ ਹੁੰਦਾ ਜਿਵੇਂ ਅੱਜ ਕੱਲ੍ਹ ਇੱਕ ਪੋਡਕਾਸਟ ਚੱਲ ਗਿਆ ਆ, ਹਾਂਜੀ, ਐਵੇਂ ਕਿਤੇ ਗਾਣਾ ਕੱਢ ਲਈਆਂ ਇਸ ਫੇਮਸ ਹੋਣ ਲਈ, ਕਿਸੇ ਨੂੰ ਕੁਛ ਕਹਿ ਲਿਆ, ਅੱਜ ਕੱਲ੍ਹ ਜੋ ਚੱਲ ਰਿਹਾ। ਹਾਂਜੀ, ਅਤੇ ਇਹੋ ਜਿਹਾ ਨਹੀਂ
ਉਹ ਜਿਵੇਂ ਇਹੋ ਜਿਹਾ ਪੁਰਾਣੇ ਟਾਈਮ 'ਚ ਤਾਂ ਨਹੀਂ ਸੀ ਜਦੋਂ ਤੁਸੀਂ ਕੰਮ ਕਰ ਰਹੇ ਹੋ 2 ਸਾਲ ਪਹਿਲਾਂ। ਹਾਂਜੀ ਹਾਂਜੀ, ਹੁਣ ਸੋਚ ਕੇ ਲੱਗਦਾ ਨਹੀਂ ਕਿ ਕੀ ਚੱਲ ਰਿਹਾ ਸਿੰਗਿੰਗ ਲਾਈਨ ਦੇ ਵਿੱਚ। ਭਾਜੀ ਮੈਂ ਤੇ ਇੱਕ ਗੱਲ ਕਹਾਂਗਾ ਕਿ ਜਿੰਨਾ ਤੁਸੀਂ ਜ਼ਿਆਦਾ ਅੱਛਾ ਗਾਓਗੇ, ਵਧੀਆ ਗਾਉਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ, ਸਾਨੂੰ ਸੁਣਦੇ ਨਹੀਂ ਲੋਕੀ, ਜਿਹੜੇ ਦੂਜੇ ਗਾਣੇ ਆ ਰਹੇ ਆ ਉਹ ਸਕਸੈਸ ਹੁੰਦੇ ਰਾਤੋ ਰਾਤ ਹੀ, ਕਿਉਂਕਿ ਉਹੀ ਇੰਟਰਵਿਊ ਹੁੰਦੀ ਜਿੱਦਾਂ ਆਪਾਂ ਕਰ ਰਹੇ ਹਾਂ, ਆਪਾਂ ਉਹਦੇ ਮਾਈਕ ਲਾ ਲੈਂਦੇ ਨੂੰ ਪੋਡਕਾਸਟ ਕਹਿ ਦਿੰਦੇ ਆ। ਬਸ ਬਸ ਉਹੀ ਗੱਲ ਹੈ ਕਿ ਅੱਛੇ ਗਾਣੇ ਜਿਹੜੇ ਆ ਨਾ, ਜਿਨ੍ਹਾਂ ਦਾ ਕੋਈ ਥੀਮ ਅੱਛਾ ਆ, ਮੈਥਡ ਆ ਕੋਈ, ਹੈ ਨਾ, ਉਹ ਗਾਣੇ ਜਿਹੜੇ ਆ ਬਹੁਤ ਘੱਟ ਆ ਰਹੇ ਆ। ਅਤੇ ਹੁਣ ਮੈਂ ਤਾਂ ਉਹ ਸ਼ਬਦ ਹੀ ਨਹੀਂ ਬੋਲਣੇ ਚਾਹੁੰਦਾ ਵੀ, ਹੈ ਨਾ, ਜਿੱਦਾਂ ਦੇ ਗਾਣੇ ਆ ਰਹੇ ਆ ਹੁਣ। ਅਤੇ ਬਾਕੀ ਚਲੋ ਸਾਰਿਆਂ ਦਾ ਕੰਮ ਚੱਲਣਾ ਚਾਹੀਦਾ, ਆਪਾਂ ਤਾਂ ਇਹ ਕਹਿੰਦੇ ਹਾਂ, ਰੋਟੀ ਹਰੇਕ ਦੀ ਚੱਲਣੀ ਚਾਹੀਦੀ ਆ। ਇੰਡਸਟਰੀ ਦੇ ਵਿੱਚ ਜਿੱਦਾਂ ਆਮ ਚੱਲਦਾ ਗੀਤਕਾਰਾਂ ਦਾ ਧੱਕਾ ਉਹ ਹੁੰਦਾ ਕਿ ਉਹ ਕਹਿ ਦਿੰਦੇ ਸਾਡੇ ਗੀਤ ਚੋਰੀ, ਗੀਤ ਚੋਰੀ ਹੋ ਗਿਆ। ਡੈਫੀਨੇਟਲੀ ਇਹ ਗੱਲ ਪੱਕੀ ਆ, ਇਹ ਤਾਂ ਮੈਂ ਤੁਹਾਨੂੰ ਆਪਣੀ ਸਟੋਰੀ ਦੱਸ ਦਿੱਤੀ ਆ ਕਿ ਇਹ ਤਾਂ ਸਾਡੇ ਤੋਂ ਬੀਤੀ ਹੋਈ ਹੈ ਗੱਲ। ਕਦੀ ਕੋਈ ਗੀਤ ਇੱਦਾਂ ਵੀ ਹੋਇਆ ਕਿ ਕਿਸੇ ਨੇ ਬਿਨਾਂ ਦੱਸੇ ਗਾ ਲਿਆ ਅਤੇ ਨਾਮ ਵੀ ਨਾ ਪਾਇਆ ਹੋਵੇ ਵਿੱਚ? ਨਹੀਂ ਇੱਦਾਂ ਦਾ ਤਾਂ ਚਲੋ ਨਹੀਂ ਹੋਇਆ, ਕਿਉਂਕਿ ਆਪਾਂ ਇੰਨੇ ਵੀ ਸ਼ਰੀਫ ਨਹੀਂ ਗੇ ਵੀ ਕੋਈ ਆਪਣੇ ਗਾਣਾ ਦੇ ਵਿੱਚ ਨਾ ਪਾ ਜਾਵੇ। ਠੀਕ ਹੈ ਨਾ, ਇੰਨਾ ਚਿਹਰਾ ਜ਼ਰੂਰ ਸ਼ਰੀਫ ਹੈ, ਪਰ ਆਪਾਂ ਇੱਦਾਂ ਨਹੀਂ ਕਿਸੇ ਨੂੰ ਪਾਉਣ ਦਿੰਦੇ ਨਾਮ। ਇੰਡਸਟਰੀ 'ਚ ਪੁਰਾਣੇ ਘੁਸੇ ਹੋਏ ਬੰਦੇ ਕਹਿ ਸਕਦੇ ਆਪਾਂ। ਅਤੇ ਪਹਿਲਾਂ ਦਰਸ਼ਕਾਂ ਨੂੰ ਨਾਮ ਦੱਸ ਦਿਓ ਕਿ ਕਿਹੜੇ ਕਿਹੜੇ ਸਿੰਗਰਾਂ ਨੇ ਤੁਹਾਡੇ ਗੀਤ ਗਾਏ ਆ। ਮੇਰੇ ਗਾਣੇ ਬਹੁਤ ਘੱਟ ਸਿੰਗਰਾਂ ਨੇ ਗਾਏ ਆ, ਔਰ ਗਾਏ ਜਿਹੜੇ ਜਿੱਦਾਂ ਸਭ ਤੋਂ ਪਹਿਲਾਂ ਤਾਂ ਡੀਜੇ ਸਟਾਰ ਜਿਹੜਾ UK ਸਟਾਰ ਹੈ ਲੈਂਬਰ ਸ਼ੈਨਪੁਰੀ ਜੀ, ਉਹਨਾਂ ਨੇ ਮੇਰਾ ਗਾਣਾ ਗਾਇਆ। ਫਿਰ ਸਾਡੇ ਪੰਜਾਬ ਦੀ ਬੁਲੰਦ ਆਵਾਜ਼ਾਂ ਜਿਹੜੀਆਂ ਆ ਨੂਰਾਂ ਸਿਸਟਰ ਜੀ, ਉਹਨਾਂ ਨੇ ਗਾਣਾ ਗਾਇਆ ਆ। ਫਿਰ ਇੱਕ ਵਿਰਕਰਨਜੀਤ ਮੁੰਡਾ ਕੈਨੇਡਾ ਦਾ ਹੈਗਾ ਆ, ਹੁਣ ਮਰ ਜਾਣੀ ਹੈ ਬੁਲਾਇਆ ਵੀ ਨਹੀਂ ਬੋਲਦੀ, ਉਹਦੀਆਂ 2 ਟੇਪਾਂ ਆਈਆਂ ਮੁਲਾਕਾਤ ਔਰ ਇਸ਼ਕ ਦੀ ਬੂਟੀ, ਉਹ ਦੋਨਾਂ ਦੇ ਟਾਈਟਲ ਸੌਂਗ ਦੱਸਦੇ ਸੀਗੇ। ਅਤੇ ਇੱਦਾਂ ਕਰਕੇ ਹੁਣ ਜੀ ਸ਼ਰਮੀਲਾ ਜੀ, ਡਾਕਟਰ ਯੂਸ ਜੀ ਜਿਨ੍ਹਾਂ ਦਾ ਮਿਊਜ਼ਿਕ ਕਰਦੇ ਆ, ਜੀ ਸ਼ਰਮੀਲਾ ਜੀ ਨੇ ਗਾਣਾ ਕੀਤਾ ਆ। ਅਤੇ ਇੱਦਾਂ ਕਰਕੇ ਹੁਣ ਮੈਨੂੰ ਕੁਛ ਯਾਦ ਵੀ ਨਹੀਂ। ਅਤੇ ਸਭ ਤੋਂ ਵੱਡੀ ਤਾਂ ਇਹ ਆ ਮੇਰੇ 'ਚ ਇੱਕ ਕਮੀ ਹੈ, ਰਹੀ ਆ ਕਮੀ ਨਹੀਂ, ਮੈਂ ਕਹਿੰਦਾ ਵੀ ਚਲੋ ਠੀਕ ਆ, ਮੈਂ ਖੁਦ ਗਾਣਾ ਪਸੰਦ ਕਰਦਾ ਹਾਂ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਐਵੇਂ, ਹੈ ਨਾ, ਇਸ ਕਰਕੇ ਮੈਂ ਗਾਣੇ ਅਸਲ 'ਚ ਭਾਜੀ ਮੈਂ ਭੱਜਿਆ ਨਹੀਂ ਸਿੰਗਰਾਂ ਮਗਰ, ਬਹੁਤ ਸਾਰੇ ਰਾਈਟਰਸ ਜਿਹੜੇ ਭੱਜਦੇ। ਹਾਂ ਮੇਰੇ ਮਿੱਤਰ ਆ ਸਿੰਗਰ ਜਿਹੜਾ ਮੈਨੂੰ ਕਹਿੰਦਾ ਆ ਕਿ ਯਾਰ ਗਾਣਾ ਚਾਹੀਦਾ, ਅਤੇ ਮੋਸਟ ਵੈਲਕਮ, ਮੈਂ ਗਾਣਾ ਲਿਖ ਕੇ ਦੇਵਾਂਗਾ। ਅਤੇ ਕੋਈ ਦਰਸ਼ਕਾਂ ਨੂੰ ਗੀਤ ਆਪਣੀ ਆਵਾਜ਼ 'ਚ ਸੁਣਾ ਵੀ ਦਿਓ ਹੁਣ, ਕਿਉਂਕਿ ਜਦੋਂ ਹੁਣ ਆਪਾਂ ਗੱਲ ਸ਼ੁਰੂ ਕੀਤੀ ਹੈ ਨਵੀਂ ਕੈਸਟ ਦੀ, ਹਾਂਜੀ, ਦਰਸ਼ਕ ਕੁਛ ਨਾ ਕੁਛ ਸੁਣਨਾ ਜ਼ਰੂਰ ਚਾਹੁੰਦੇ। ਮੈਂ ਤੁਹਾਨੂੰ ਉਸੇ ਗਾਣੇ ਦੀ ਹੀ ਜਿਹੜੀ ਲਾਸਟ ਸਟੈਂਜਾ ਹੈਗਾ ਆ, ਲਾਸਟ ਬੰਦ ਸੁਣਾ ਦਿੰਦਾ, ਜਿਹੜਾ ਮੇਰਾ ਗਾਣਾ ਦਰਸ਼ਕਾਂ ਨੇ ਬਹੁਤ ਪਿਆਰ ਕੀਤਾ, ਬਹੁਤ ਅਥਾਹ ਪਿਆਰ ਦਿੱਤਾ ਉਹਨੂੰ ਗਾਣੇ ਨੂੰ, ਉਹ ਮੈਂ ਤੁਹਾਨੂੰ ਹੁੱਕ ਲਾਈਨ ਮੁੱਖੜਾ ਔਰ ਅੰਤਰਾ ਲਾਸਟ ਸੁਣਾ ਦਿੰਦਾ। ਠੀਕ ਹੈ ਜੀ, ਉਹ ਗਾਣਾ ਸੀਗਾ ਜੀ, ਜਿਹੜੀ ਨੱਚਦੀ ਗਿੱਧੇ ਚ ਬੜੀ ਜੱਚਦੀ ਗਿੱਧੇ ਚ, ਜਿਹੜੀ ਨੱਚਦੀ ਗਿੱਧੇ ਚ ਬੜੀ ਜੱਚਦੀ ਗਿੱਧੇ ਚ, ਦਿਲ ਉਹਦੇ ਉੱਤੇ ਆਇਆ ਜਰਾ ਉਸ ਨੂੰ ਬੁਲਾਓ, ਏ ਮੈਂ ਹੋ ਗਿਆ ਸ਼ਰਾਬੀ, ਹੋ ਗਿਆ ਸ਼ਰਾਬੀ ਮੈਨੂੰ ਹੋਰ ਨਾ ਪਲਾਓ, ਏ ਮੈਂ ਹੋ ਗਿਆ ਸ਼ਰਾਬੀ, ਹੋ ਗਿਆ ਸ਼ਰਾਬੀ ਮੈਨੂੰ ਹੋਰ ਨਾ ਪਲਾਓ, ਏ ਮੈਂ ਹੋ ਗਿਆ ਸ਼ਰਾਬੀ। ਦਾ ਲਾਸਟ ਬੰਦ ਸੀ ਉਹਦਾ ਗੁੰਦਵਾ ਸਰੀਰ, ਸੂਟ ਫਿੱਟ ਫਾਟ ਪਾਇਆ ਕੁੜੀ ਨੱਚਦੀ ਨੂੰ ਵੇਖਣੇ ਲਈ ਪਿੰਡ ਸਾਰਾ ਆਇਆ, ਉਹਦਾ ਗੁੰਦਵਾ ਸਰੀਰ, ਸੂਟ ਫਿੱਟ ਫਾਟ ਪਾਇਆ ਕੁੜੀ ਨੱਚਦੀ ਨੂੰ ਵੇਖਣੇ ਲਈ ਪਿੰਡ ਸਾਰਾ ਆਇਆ, ਗੱਲ 16 ਆਨੇ ਖਰੀ ਉਹ ਤਾਂ ਬਿੰਦਰ ਤੇ ਮਰੀ, ਗੱਲ 16 ਆਨੇ ਖਰੀ ਉਹ ਤਾਂ ਦਿਲ ਭਰ ਤੇ ਮਰੀ, ਪਰ ਗਿੱਦੜ ਪਿੰਡੀ 'ਚ ਸਾਡੀ ਗੱਲ ਨਾ ਅਡਾਓ, ਏ ਮੈਂ ਹੋ ਗਿਆ ਸ਼ਰਾਬੀ, ਹੋ ਗਿਆ ਸ਼ਰਾਬੀ ਮੈਨੂੰ ਹੋਰ ਨਾ ਪਲਾਓ, ਏ ਮੈਂ ਹੋ ਗਿਆ ਸ਼ਰਾਬੀ, ਹੋ ਗਿਆ ਸ਼ਰਾਬੀ ਮੈਨੂੰ ਹੋਰ ਨਾ ਪਲਾਓ, ਏ ਮੈਂ ਹੋ ਗਿਆ ਸ਼ਰਾਬੀ।
ਵਧੀਆ ਤੇ ਆਪਣਾ ਤੁਹਾਡਾ ਹੁਣ ਗਿੱਦੜ ਪਿੰਡੀ ਦਾ ਜ਼ਿਕਰ ਆਇਆ, ਦਰਸ਼ਕਾਂ ਨੂੰ ਇਹ ਵੀ ਦੱਸ ਦਿਓ ਕਿ ਗਿੱਦੜ ਪਿੰਡੀ ਹੈ ਕਿੱਥੇ ਗਿਆ ਇਹ? ਸਰ ਜੀ ਗਿੱਦੜ ਸਿੰਘੀ ਤਾਂ ਬਹੁਤ ਸੁਣਿਆ ਲੋਕਾਂ ਨੇ, ਗਿੱਦੜ ਪਿੰਡੀ ਦਾ ਵੀ ਦੱਸ ਦਿਓ। ਹਾਂਜੀ ਭਾਜੀ, ਗਿੱਦੜ ਪਿੰਡੀ ਦਰਅਸਲ ਸਾਡਾ ਦਰਿਆਈ ਏਰੀਆ ਹੈ ਜੀ। ਦੇਖੋ ਤੇ ਅਸੀਂ ਜਲੰਧਰ ਦਾ ਲਾਸਟ ਪਿੰਡ, ਮੇਰਾ ਜਿਹੜਾ ਨਾ ਡਿਸਟ੍ਰਿਕਟ ਜਲੰਧਰ ਦਾ ਲਾਸਟ ਪਿੰਡ ਗਿੱਦੜ ਪਿੰਡੀ ਹੈ ਜੀ। ਤੇ ਉੱਥੇ ਸਾਡਾ ਨਿਵਾਸ ਹੈ, ਠੀਕ ਹੈ ਜੀ। ਤੇ ਗਿੱਦੜ ਪਿੰਡੀ ਔਰ ਸੁਲਤਾਨਪੁਰ ਲੋਧੀ ਦਾ ਨਾਮ ਤੁਸੀਂ ਸੁਣਿਆ ਹੋਣਾ, ਬਾਬੇ ਨਾਨਕ ਦੀ ਨਗਰੀ, ਤੇ ਉਹਦੇ ਤੋਂ ਕੋਈ 14 ਕਿਲੋਮੀਟਰ। ਹਾਂਜੀ, ਤੇ ਜੇ ਸਟੂਡੀਓ 'ਚ ਕਿਸੇ ਨੇ ਆਉਣਾ ਹੋਵੇ ਉਹ ਵੀ ਮਾੜੀ ਜਿਹੀ ਲੋਕੇਸ਼ਨ ਸਮਝਾ ਦਿਓ ਗਿੱਦੜ ਪਿੰਡੀ GT ਰੋਡ ਦੇ ਉੱਤੇ। ਹਾਂਜੀ, ਸਟੂਡੀਓ ਅਸੀਂ ਲਾਂਚ ਕੀਤਾ ਹੁਣ, ਮੇਰੇ ਵੱਡੇ ਭਾਅ ਜੀ ਕੁਲਜੀਤ ਸਿੰਘ ਜੀ ਆਏ ਸੀਗੇ ਸਾਰਿਆਂ ਨੇ, ਫਿਰ ਅਸੀਂ ਸਕੀਮ ਪਹਿਲਾਂ ਭਾਅ ਜੀ ਚੰਡੀਗੜ੍ਹ ਅਸੀਂ ਸਟੂਡੀਓ ਬਣਾਉਣ ਲੱਗੇ ਸੀਗੇ, ਔਰ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਵਧੀਆ ਲੋਕ ਮੇਰੇ ਨਾਲ ਜੁੜੇ ਹੋਏ ਉਹਨਾਂ ਨੇ ਸਾਰਿਆਂ ਨੇ ਸੁਝਾਅ ਦਿੱਤਾ ਕਿ ਆਪਾਂ ਇੱਥੇ ਬਣਾਈਏ, ਫਿਰ ਅਸੀਂ ਇੱਥੇ ਬਣਾਇਆ ਆ। ਅਤੇ ਬਾਕੀ ਇਹਦੀ ਲੋਕੇਸ਼ਨ ਜਿਹੜੀ ਹੈਗੀ ਹੈ ਇਹ ਸੁਲਤਾਨਪੁਰ ਲੋਧੀ ਦੇ ਨਜ਼ਦੀਕ ਹੈ, 14 ਕਿਲੋਮੀਟਰ ਕੋਈ ਦੂਰ ਹੈ ਆਪਣੇ ਪਹਿਲਵਾਨ ਫਾਰਮ ਹਾਊਸ ਗਿੱਦੜ ਪਿੰਡੀ। ਪਹਿਲਵਾਨ ਫਾਰਮ ਹਾਊਸ ਅਸਲ 'ਚ ਜੀ ਮੇਰੇ ਡੈਡ ਜਿਹੜੇ ਆ ਨਾ, ਮੇਰੇ ਪਿਤਾ ਜੀ ਆ, ਉਹ ਆਪਣੇ ਵਕਤ ਦੇ ਜਿਹੜੇ ਆ ਨਾ ਉਹ ਰੈਸਲਰ ਰਹੇ ਆ, ਕੁਸ਼ਤੀ ਕਰਦੇ ਸੀਗੇ। ਔਰ ਮੈਨੂੰ ਫਖਰ ਹੈ ਕਿ ਮੇਰੇ ਡੈਡ ਨੂੰ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਸਨਮਾਨਿਤ ਕੀਤਾ। ਠੀਕ ਹੈ, ਉਹਨੂੰ ਸਨਮਾਨਿਤ ਕੀਤਾ ਕਿਹੜੇ ਸੰਦ ਦੇ ਵਿੱਚ? ਮੈਨੂੰ ਇਹ ਤਾਂ ਹਾਂਜੀ ਡਿਟੇਲ ਬਾਰੇ ਕੁਛ ਯਾਦ ਨਹੀਂ ਹੈਗਾ, ਔਰ ਉਹਨਾਂ ਦੀ ਹੀ ਯਾਦ ਦੇ ਵਿੱਚ ਮੈਂ ਆਪਣੇ ਫਾਰਮ ਹਾਊਸ 'ਤੇ ਉਹਨਾਂ ਦਾ ਇੱਕ ਪਹਿਲਵਾਨ ਫਾਰਮ ਆਪਣੇ ਪਾਰਕ ਬਣਾਇਆ ਜੀ। ਠੀਕ ਹੈ, ਪਹਿਲਵਾਨ ਪਾਰਕ। ਹਾਂਜੀ, ਤੇ ਹੁਣ ਤੁਸੀਂ ਇਸ ਫਾਰਮ ਹਾਊਸ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰ ਰਹੇ ਹੋ? ਹਾਂਜੀ ਹਾਂਜੀ, ਬਾਕੀ ਹੁਣ ਵਕਤ ਦੇਖੋ ਹੁਣ ਕਿੱਦਾਂ ਕਿੱਦਾਂ ਚੱਲ ਰਿਹਾ ਅੱਗੇ ਅੱਗੇ। ਹਾਂਜੀ, ਔਰ ਸਟੂਡੀਓ ਅਸੀਂ ਇੱਥੇ ਬਣਾਇਆ ਇਸ ਕਰਕੇ ਕਿ ਇਹ ਜਿਹੜੀ ਲੋਕੇਸ਼ਨ ਆ ਹਾਈਵੇ ਦੇ ਉੱਪਰ ਹੈ ਜੀ। ਠੀਕ ਹੈ, ਜਲੰਧਰ ਤੋਂ ਫਰੀਦਕੋਟ ਫਿਰੋਜ਼ਪੁਰ ਰੋਡ ਦੇ ਉੱਤੇ ਹਾਈਵੇ ਦੇ ਉੱਪਰ ਹੈ ਜੀ। ਹਾਂਜੀ, ਅੱਜ ਤੋਂ 20 ਸਾਲ ਪਹਿਲਾਂ ਜਦੋਂ ਤੁਹਾਡਾ ਗੀਤ ਆਇਆ ਸੀਗਾ, ਹਾਂਜੀ, ਉਦੋਂ ਤੇ ਹੁਣ 'ਚ ਕੀ ਫਰਕ ਦੇਖਦੇ ਆ, ਕੀ ਕਿੰਨਾ ਕੁ ਫਰਕ ਆ ਚੁੱਕਾ ਸਿੰਗਿੰਗ ਦੇ ਵਿੱਚ? ਭਾਜੀ ਕੋਈ ਇੱਦਾਂ ਮੈਂ ਇਹ ਤਾਂ ਨਹੀਂ ਕਹੂੰਗਾ ਕਿ ਬਹੁਤ ਜ਼ਿਆਦਾ ਕੋਈ ਫਰਕ ਹੈ, ਸ਼ਬਦ ਉਹੀ ਹੈ, ਸ਼ਬਦਾਂ ਨੂੰ ਮਿਊਜ਼ਿਕ ਨਵੇਂ ਢੰਗ ਦਾ ਮਿਲਿਆ, ਸ਼ਬਦ ਉਹੀ ਹੈ ਪੁਰਾਣੇ। ਜੇ ਮੁਹੱਬਤ ਉਦੋਂ ਵੀ ਮੁਹੱਬਤ ਹੀ ਸੀ, ਅੱਜ ਵੀ ਮੁਹੱਬਤ ਹੈ, ਵਫਾ ਉਦੋਂ ਵੀ ਸੀ ਅਤੇ ਵਫਾ ਅੱਜ ਵੀ ਵਫਾ ਹੀ ਰਹੀ ਆ, ਬੇਵਫਾਈ ਉਦੋਂ ਵੀ ਬੇਵਫਾਈ ਸੀ ਅਤੇ ਅੱਜ ਵੀ ਬੇਵਫਾਈ ਆ, ਸ਼ਬਦਾਂ ਦਾ ਕੋਈ ਹੇਰ ਫੇਰ ਨਹੀਂ ਵਿੱਚ ਹੋਇਆ, ਉਹਨਾਂ ਨੂੰ ਅੱਗੇ ਪਿੱਛੇ ਰੱਖਣ ਦਾ ਢੰਗ ਬਦਲਿਆ ਜਾਂਦਾ ਅਤੇ ਮਿਊਜ਼ਿਕ ਬਦਲ ਹੁੰਦਾ, ਬਦਲ ਫਿਰ ਮਿਊਜ਼ਿਕ 'ਚ ਹੁੰਦਾ। ਮੇਰੇ ਲੈਕਚਰਾਰ ਕਹਿੰਦੇ ਹੁੰਦੇ ਸੀ ਵੀ ਹਾਂਜੀ ਅਮਰੂਦ ਦੇ ਦਰਖਤ ਨੂੰ ਲੱਗਣਾ ਅਮਰੂਦ ਹੀ ਆ, ਮਤਲਬ ਸਾਈਜ਼ ਵੱਧ ਘੱਟ ਹੋ ਸਕਦਾ, ਬਿਲਕੁਲ ਬਿਲਕੁਲ ਸਹੀ ਗੱਲ, ਕੁਆਲਿਟੀ ਬਦਲ ਸਕਦੀ। ਹਾਂਜੀ ਹਾਂਜੀ ਬਿਲਕੁਲ। ਠੀਕ ਹੈ, ਤੇ ਜਿਵੇਂ ਤੁਸੀਂ ਗੀਤ ਸੁਣਾਇਆ ਆਪਣਾ ਹੋ ਗਿਆ ਸ਼ਰਾਬੀ, ਹਾਂਜੀ, ਕੋਈ ਹੋਰ ਟੱਚ ਵੀ ਇੱਕ ਦਰਸ਼ਕਾਂ ਨੂੰ ਸੁਣਾ ਦਈਏ ਫਿਰ ਆਪਾਂ ਸਮਾਪਤੀ ਵੱਲ ਜਾਂਦੇ? ਹਾਂ ਬਿਲਕੁਲ ਬਿਲਕੁਲ, ਮੇਰਾ ਗਾਣਾ ਮੈਂ ਕਰ ਰਿਹਾ ਇੱਕ ਕੀਤਾ ਹੈ ਸੁਣਾਉਣਾ, ਵੇ ਕਦੇ ਕਦੇ ਦਿਲ ਡਰਦਾ ਬਾਲਾ, ਵੇਖਾਂ ਨਾ ਦਿਨ ਵਿਛੜਨ ਵਾਲਾ, ਹਾਏ ਕਦੇ ਕਦੇ ਦਿਲ ਡਰਦਾ ਬਾਲਾ, ਵੇਖਾਂ ਨਾ ਦਿਨ ਵਿਛੜਨ ਵਾਲਾ, ਜਾਨੇ ਜਾਨੇ ਕਹਿ ਕੇ ਮੈਨੂੰ ਰੋਜ਼ ਬੁਲਾਉਣਾ ਏ, ਵੇ ਸੱਚ ਦੱਸੀ ਸੌਖਾ ਕੇ ਮੈਨੂੰ ਕਿੰਨਾ ਚਾਹੁੰਦਾ ਏ, ਸੱਚ ਦੱਸੀ ਸੌਖਾ ਕੇ ਮੈਨੂੰ ਕਿੰਨਾ ਚਾਹੁੰਦਾ ਏ। ਬਹੁਤ ਵਧੀਆ।
ਥੈਂਕ ਯੂ ਸੋ ਮਚ ਸਰ। ਸੋ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੋਈ ਗੱਲਬਾਤ ਜਾਂ ਕੋਈ ਮੈਸੇਜ ਕਹਿ ਸਕਦੇ ਆ? ਦੇਖੋ ਜੀ, ਸੁਨੇਹਾ ਕਹਿ ਸਕਦੇ ਦਰਸ਼ਕਾਂ ਦੇ ਸਿਰ ਤੇ ਤਾਂ ਅਸੀਂ ਆ ਜੀ ਤੁਰੇ ਫਿਰਦੇ, ਠੀਕ ਹੈ। ਦਰਸ਼ਕ ਸਾਡੇ ਰੱਬ ਹੈ, ਕਿਉਂਕਿ ਸਾਨੂੰ ਇਹਨਾਂ ਨੇ ਹੌਸਲਾ ਅਫਜ਼ਾਈ ਕਰਨੀ ਸਾਡੀ, ਅਸੀਂ ਉਤਸ਼ਾਹ ਨਾਲ ਹੋਰ ਜ਼ਿਆਦਾ ਵਧੀਆ ਲਿਖਣਾ ਆ, ਵਧੀਆ ਗਾਉਣਾ ਆ, ਠੀਕ ਹੈ ਜੀ। ਦਰਸ਼ਕਾਂ ਨੂੰ ਮੈਂ ਕੋਈ ਸੁਝਾਅ ਨਹੀਂ, ਮੈਂ ਤਾਂ ਬਹੁਤ ਹਲੇ ਛੋਟਾ, ਹਲੇ ਸਿੱਖ ਰਿਹਾ ਜੀ। ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਨਵੀਂ ਜਿਹੜੀ ਤੁਹਾਡੀ ਕੈਸਟ ਆ ਰਹੀ ਹੈ। ਹਾਂਜੀ ਹਾਂਜੀ, ਟਾਈਮ ਦੇਣ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਨਹੀਂ ਜੀ, ਤੁਹਾਡੇ ਲਈ ਟਾਈਮ ਹੈ ਜੀ ਸਾਰਾ। ਬਾਕੀ ਸਾਡੇ ਯੂਟਿਊਬ ਚੈਨਲ 'ਤੇ ਤੁਸੀਂ ਇਸ ਤਰੀਕੇ ਦੀਆਂ ਵੀਡੀਓ, ਸਿੰਗਰਾਂ ਦੀਆਂ ਇੰਟਰਵਿਊ ਵੀ ਆਪਾਂ ਕਾਫੀ ਚਿਰਾਵਾਦ ਕੀਤੀ ਸਿੰਗਰਾਂ ਨਾਲ ਜਾਂ ਕਿਸੇ ਗੀਤਕਾਰ ਦੇ ਨਾਲ ਇੰਟਰਵਿਊ, ਅਤੇ ਬਾਕੀ ਪੁਰਾਣੀਆਂ ਇਮਾਰਤਾਂ ਦੀਆਂ ਅਤੇ ਹੋਰ ਵੀਡੀਓ ਤਾਂ ਤੁਸੀਂ ਵੇਖਦੇ ਰਹਿੰਦੇ ਹੋ। ਸੋ ਅੱਜ ਲਈ ਇੰਨਾ ਹੀ, ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ। ਧੰਨਵਾਦ, ਰੱਬ ਰੱਖਾ, ਰੱਬ ਰੱਖਾ। ਜੇ ਤੁਸੀਂ ਸਾਡਾ ਯੂਟਿਊਬ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਤਾਂ ਜੋ ਸਾਡੀਆਂ ਲੇਟੈਸਟ ਵੀਡੀਓ, ਸ਼ਾਇਰੀ, ਇੰਟਰਵਿਊ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ, ਅਤੇ ਨਾਲ ਬੈੱਲ ਆਈਕੋਨ ਨੂੰ ਜ਼ਰੂਰ ਕਲਿੱਕ ਕਰੋ। ਧੰਨਵਾਦ।